ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਸਾਹਮਣੇ ਬੈਂਪਟਨ ਦੀ ਰੀਅਲ ਸਟੇਟ ਮਾਰਕੀਟ ਦੇ ਟ੍ਰੈਂਡ ਲੈ ਕੇ ਆਇਆ। ਅਤੇ ਜੇ ਆਪਾਂ ਦੇਖੀਏ ਜਨਵਰੀ ਦੇ ਵਿੱਚ ਨਾ ਐਵਰੇਜ ਸੇਲਸ ਪ੍ਰਾਈਸ ਸੀਗੀ 1.368 million, ਇਹ ਡਿੱਗ ਕੇ 1.344 ਹੋ ਗਈ ਫਰਵਰੀ ਦੇ ਵਿੱਚ। ਇਨ ਮਾਰਚ ਇਟ ਵੈਂਟ ਟੂ 1.311 ਅਤੇ ਹੁਣ ਅਪ੍ਰੈਲ ਦੇ ਵਿੱਚ 1.241 million ਹੈਗੀ ਹੈ। ਜੇ ਜਨਵਰੀ ਤੋਂ ਕੰਪੇਅਰ ਕੀਤਾ ਜਾਵੇ ਆਲਮੋਸਟ 1,20,000 ਡਾਲਰ ਮਾਰਕੀਟ ਗਿਰ ਚੁੱਕੀ ਹੈ ਅਤੇ 9% ਦਾ ਡਿਕਲਾਈਨ ਆ ਗਿਆ ਵੈ। ਅਤੇ ਜੇ ਜੂਨ ਦੇ ਵਿੱਚ ਹੋਰ ਇੰਟਰਸਟ ਰੇਟ ਵੱਧ ਜਾਂਦੇ ਹੈ ਤਾਂ ਫਿਰ ਦੇਖਦੇ ਹਾਂ ਮਾਰਕੀਟ ਕਿੱਥੇ ਜਾਣੀ ਹੈ। ਬਾਕੀ ਆਪਣੇ ਕਮੈਂਟ ਤੁਸੀਂ ਵੀ ਦੱਸੋ ਜੀ ਪੋਸਟ ਦੇ ਵਿੱਚ ਕਿ ਤੁਹਾਡਾ ਕੀ ਵਿਚਾਰ ਹੈ। ਥੈਂਕ ਯੂ ਜੀ।